ਧੰਨਵਾਦ ਹੈ ਕੋਈ ਨਹੀਂ ਮਈਆ ਉਹ ਕਹਿੰਦੇ ਨੇ ਨਾ ਡੱਬੇ ਮੇਂ ਡੱਬਾ ਡੱਬੇ ਮੇਂ ਕੇਕ ਸਫਿਆਨ ਕਾ ਵਿਆਹ ਦੋ ਕੇ ਸਾਥ ਨਹੀਂ ਏਕ ਅਸਲਾਮ ਅਲੈਕਮ ਸੋ ਬਾਈ ਵੈਲਕਮ ਬੈਕ ਟੂ ਦਾ ਨਿਊ ਵਲੋਗ ਦੋ ਤਿੰਨ ਦਿਨ ਸੇ ਮੇਰਾ ਗਲਾ ਖਰਾਬ ਹੈ ਤੋ ਮੈਨੇ ਕੱਲ੍ਹ ਕੋਈ ਵਲਾਗ ਨਹੀਂ ਬਣਾਇਆ ਅੱਜ ਉਮੀਦ ਕਰਤਾ ਹੂੰ ਕਿ ਗਲਾ ਵੀ ਠੀਕ ਹੋਗਾ ਔਰ ਵਲਾਗ ਕਾਫੀ ਮਜ਼ੇਦਾਰ ਬਣਨੇ ਵਾਲਾ ਹੈ ਆਪ ਲੋਕਾਂ ਕੇ ਲਈ ਇੰਟਰਟੇਨਮੈਂਟ ਲੈ ਕੇ ਆਊਂਗਾ ਆਪ ਲੋਕਾਂ ਨੇ ਮੇਰੇ ਵਲਾਗ ਕੋ ਦੇਖਣੇ ਸੇ ਪਹਿਲੇ ਮੇਰੇ ਚੈਨਲ ਕੋ ਲਾਜ਼ਮੀ ਸਬਸਕ੍ਰਾਈਬ ਕਰਨਾ ਔਰ ਜਲਦੀ ਜਲਦੀ 10,000 ਸਬਸਕ੍ਰਾਈਬਰ ਪੂਰੇ ਕਰਵਾ ਦੇਣੇ ਹੈ ਅਗਰ ਆਪ ਲੋਕ ਸਪੋਰਟ ਕਰੇਂਗੇ ਤੋ ਤਕਰੀਬਨ ਇੱਕ ਡੇਢ ਮੰਥ ਮੇਂ ਮੇਰੇ 10,000 ਸਬਸਕ੍ਰਾਈਬਰ ਹੋ ਸਕਤੇ ਹੈ ਔਰ ਮੁਝ ਗਰੀਬ ਕੀ ਕਾਫੀ ਜ਼ਿਆਦਾ ਹੈਲਪ ਹੋ ਸਕਤੀ ਹੈ ਆਪ ਲੋਕਾਂ ਕੀ ਵਜ੍ਹਾ ਸੇ ਤੋ ਇਸੀ ਉਮੀਦ ਕੇ ਸਾਥ ਅੱਜ ਕਾ ਵਲਾਗ ਕਰਤੇ ਹੈ ਸ਼ੁਰੂ ਕਿ ਆਸਤਾ ਆਸਤਾ ਮੇਰੇ ਇੱਕ ਸੇ ਡੇਢ ਮੰਥ ਮੇਂ 10,000 ਸਬਸਕ੍ਰਾਈਬਰ ਆਪ ਲੋਕਾਂ ਕੀ ਵਜ੍ਹਾ ਸੇ ਪੂਰੇ ਹੋ ਰਹੇ ਹੈ ਤੋ ਫਿਰ ਮਿਲਤੇ ਆਪ ਲੋਕਾਂ ਕੋ ਵਲਾਗ ਮੇਂ ਜਿਹੜਾ ਦੌੜ ਲਾਏਗਾ ਉਹ ਫੱਕਾ ਲੈਣ ਗਿਆ ਹੋਏਗਾ ਜਾਂ ਦੌੜ ਨਹੀਂ ਲਾਏਗਾ ਉਹ ਸਮਝੋ ਜੀ ਵੇਖਣ ਗਿਆ ਸੀ ਪਹਿਲਾਂ ਕਹਿੰਦਾ ਹੁਣ ਜਿਹੜਾ ਮੇਰੀ ਵੀਡੀਓ 'ਚ ਆਏਗਾ ਉਹ ਫੱਕਾ ਲੈਣ ਨਹੀਂ ਗਿਆ ਤੂੰ ਫੱਕਾ ਲੈਣ ਗਿਆ ਤਾਂ ਫਿਰ ਕਦੋਂ ਅਸਰ ਕਰਨਾ ਪਿਆ ਅਤੇ ਕਾਸ਼ੀ ਤੂੰ ਸਹੀਦ ਕਹਿੰਦਾ ਸੀ ਨਾ ਸਹੀਦ ਵਿਆਹ ਕਿਵੇਂ ਦੂਰ ਦੂਰ ਜਾ ਰਿਹਾ ਉਹ ਉੱਥੇ ਮੁੰਜੀ ਭਰਾਉਂਦੀ ਪਈ ਸੀ ਕੀ ਕਰਨ ਗਏ ਫਿਰ ਤੁਸੀਂ ਹੈਂ ਚੋਰ ਪੱਕਾ ਲੈਣ ਗਏ ਤੇ ਹੈ ਉਹਨਾਂ ਨੇ ਕਿਹਾ ਚਲੋ ਅਸੀਂ ਵੇਚੀ ਹੈ ਫਜ਼ਾਨ ਵੇਖ ਲਓ ਭਾਵੇਂ ਫਜ਼ਾਨ ਮੈਨੂੰ ਫੜੇਗਾ ਪਿੱਛੇ ਲੁਕੇਗਾ ਅਤੇ ਫਿਰ ਉਹ ਪੱਕਾ ਲੈਣ ਗਿਆ ਹੋਏਗਾ ਪਤਾ ਲੱਗ ਜਾਂਦਾ ਇਹ ਮੈਨੂੰ ਇੱਕ ਵਾਰੀ ਮੁੰਨੇ ਨੇ ਫੜਿਆ ਨਾ ਇੱਕ ਵਾਰੀ ਵੀ ਇਹ ਪੱਕਾ ਲੈਣ ਗਏ ਦਾ ਅਤੇ ਕਾਸ਼ੀ ਤਾਂ ਮੈਨੂੰ ਲਓ ਜੀ ਚਾਂਦ ਭਾਈ ਕੋਲ ਲੈ ਗਿਆ ਤਾਂ 16 ਤੱਕ ਨਹੀਂ ਮਾਰੀ ਅਤੇ ਵੱਡੇ ਭਰਾ ਨੂੰ 16 ਹੀ ਬੰਦਾ ਮਾਰ ਦਿੰਦਾ ਨਹੀਂ ਆਹੋ ਉਸ ਦਿਨ ਇੱਧਰ ਜ਼ੈਨ ਅਤੇ ਸਫਿਆਨ ਪਤਾ ਨਹੀਂ ਕੀ ਵੇਖੀ ਵਿਖਾਈ ਜਾ ਰਿਹਾ ਦੌਲਤ ਇੱਜ਼ਤ ਦੀ ਅੱਗ ਭਾਈ ਸਫਿਆਨ ਨੇ ਕੋਈ ਪਤਾ ਨਹੀਂ ਮਾਈਏ ਲਾਏ ਨੇ ਕੀ ਲਾਏ ਹੈ ਅਤੇ ਚਾਂਦ ਨੇ ਤਰੀਫ ਕੀਤੀ ਹੁਣ ਚਾਂਦ ਨੇ ਭਾਈ ਅਗਲੇ ਸਾਲ ਮੈਂ ਬੈਲ ਲੈਣਾ ਸਫਿਆਨ ਕੋਲੋਂ ਖੈਰ ਭਾਈ ਪਸੰਦ ਆ ਗਿਆ ਹੁਣ ਅਗਲੇ ਸਾਲ 3G ਅਗਲੇ ਸਾਲ ਕੀ ਹੋਏਗਾ ਉਹ ਕੈਮਰਾ ਤੇ ਉਹ ਚੈੱਕ ਕਰਦਾ ਪਿਆ ਜਦੋਂ ਪਤਾ ਨਹੀਂ ਇਹਨੇ ਹੁਣ ਯਾਰ ਫਿਲਮ ਬਣਾਉਣ ਲੱਗ ਪੈਣਾ ਉਹਨੇ ਸਫਿਆਨ ਤੂੰ ਤਾਰੀਫ ਕਰ ਪਿਆ ਮੋਬਾਈਲ ਦੀ ਵੇਚਣਾ ਤਾਰੀਫ ਕਰ ਕਿਆ 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 ਕੈਮਰਾ ਵੀ ਚੱਲਦਾ ਪਾ ਜਾਣ ਕੇ ਚਲਾਉਂਦੇ ਉਹ ਜੀ ਅਭੀ ਮੇਰੀ ਮੂਵੀ ਬਣ ਰਹੀ ਹੈ ਸਫਿਆਨ ਕੇ ਮੋਬਾਈਲ ਪਰ ਔਰ ਮੈਂ ਬਹੁਤ ਚਿਟਾ ਰਹਾ ਹੂੰ ਲੋ ਜੀ ਚਾਂਦ ਨੇ ਲਈ ਆ ਬੱਕਰੀ ਚਿੱਟੇ ਰੰਗ ਦੀ ਕਾਲੇ ਰੰਗ ਦੀ ਲਾਲ ਤੇ ਚਿੱਟੀ ਤੇ ਹੁਣ ਪਏ ਪੀਜ਼ਾ ਖਾਣਾ ਲਾਲ ਤੇ ਚਿੱਟਾ ਤੇ ਹੁਣ ਪਤਾ ਨਹੀਂ ਬੱਕਰੀ ਲਈ ਆ ਬੜੀ ਗੱਲ ਆ ਬੱਕਰੀ ਇੱਕ ਬੱਚੇ ਦੇ ਕੇ ਫਿਰ ਵੇਚੇਗਾ ਤੇ ਫਿਰ ਕਿੰਨੇ ਪੀਜ਼ੇ ਆਣਗੇ ਇੱਕ ਪੀਜ਼ਾ ਖਿਲਾਏਗਾ ਫਿਰ ਅਸੀਂ ਦੁਆ ਕਰਾਂਗੇ ਤੇਰੀ ਬੱਕਰੀ ਛੇਤੀ ਛੇਤੀ ਬੱਚੇ ਦੇ ਹਾਂ ਫਿਰ ਦੋ ਪੀਜ਼ੇ ਭਾਈ ਬਣਦੇ ਨੇ ਇਹ ਸੂਪੀ ਤੇ ਫਿਰ ਦੋ ਪੀਜ਼ੇ ਹੁਣ ਖਿਲਾਏਗਾ ਇੱਕ ਪੀਜ਼ਾ ਜੀ ਆਫਰ ਹੋ ਗਈ ਹੈ ਚਾਂਦ ਨੂੰ ਜੇ ਚਾਂਦ ਦੀ ਬੱਕਰੀ ਸੂਵੇਗੀ ਤੇ ਫਿਰ ਦੋ ਪੀਜ਼ੇ ਹੋਵਣਗੇ ਕਿਉਂਕਿ ਬੱਚਿਆਂ ਦੇ ਵੀ ਨਾਲ ਬੱਕਰੀ ਦਾ ਵੀ ਚਾਂਦ ਕਹਿੰਦਾ ਬਈ ਦੋ ਹੀ ਖਿਲਾਉਣੇ ਨੇ ਅਤੇ ਤੁਸੀਂ ਹੁਣ ਭਾਈ ਕੱਲ੍ਹ ਵੀ ਇੱਕ ਆਫਰ ਮੈਨੂੰ ਮਿਲੀ ਤੁਹਾਨੂੰ ਪਤਾ ਉਹਦੇ ਵੀਡੀਓ ਬਣਾਈ ਦੀ ਆ ਅੱਜ ਚਾਂਦ ਦੀ ਵੀ ਵੀਡੀਓ ਬਣਾ ਲਈ ਹੈ ਤਾਂ ਕਿ ਚਾਂਦ ਨੂੰ ਰੁਕਰੇ ਨਾ ਬਾਅਦ 'ਚ ਲਓ ਜੀ ਵਾਜਦ ਵੀ ਆ ਗਿਆ ਅਤੇ ਹੁਣ ਮੁਕਾਬਲੇ ਹੋਣਗੇ ਸਖਤ ਇੱਕ ਪਾਸੇ ਹੋਏਗਾ ਵਾਜਦ ਅਤੇ ਇੱਕ ਪਾਸੇ ਹੋਏਗਾ ਸਫਿਆਨ ਸਫਿਆਨ ਤੇਰੇ ਅਤੇ ਵਾਜਦ ਮਾਈਆ ਦੇ ਹੁਣ ਮੁਕਾਬਲੇ ਹੋਣਗੇ ਹੈ ਸਫਿਆਨ ਤੂੰ ਇੱਕ ਮਾਈਆ ਗਾਣਾ ਇੱਕ ਗਾਣਾ ਵਾਜਦ ਨੇ ਅਤੇ ਫਿਰ ਮੇਰੀ ਸਹੀ ਗੱਲ ਵੀਡੀਓ ਪੂਰੀ ਹੋਈ ਨਹੀਂ ਵੀਡੀਓ ਲੈ ਕੇ ਥੋੜ੍ਹੀ ਕਿ ਤੁਸੀਂ ਤੁਸੀਂ ਪੂਰੀ ਕਰਨੀ ਆ ਹੁਣ ਉਹ ਕਹਿੰਦੇ ਨੇ ਡੱਬੇ ਮੇਂ ਡੱਬਾ ਡੱਬੇ ਮੇਂ ਕੇਕ ਸਫਿਆਨ ਕਾ ਵਿਆਹ ਦੋ ਕੇ ਸਾਥ ਨਹੀਂ ਏਕ ਹਾਂ ਸਫਿਆਨ ਡੱਬੇ ਮੇਂ ਡੱਬਾ ਡੱਬੇ ਮੇਂ ਉੱਲੂ ਅਤੇ ਕਿਆ ਕਹਤੇ ਸਫਿਆਨ ਵਾਜਦ ਕਾ ਵਿਆਹ ਸ਼ਾਮ ਨੂੰ ਰਲਿਆ ਹੀ ਚੱਲ ਤੂੰ ਮੈਂ ਤੇਰੇ ਵਾਸਤੇ ਲਾਇਆ ਸੀ 800 ਚੱਲ ਤੂੰ ਕੋਈ ਗਾ ਯਾਰ ਕੋਈ ਆਪਣੇ ਕੋਲ ਬਣਾ ਹੜਨ ਤੋ ਦੋਸਤੋ ਇੱਕ ਵਾਰ ਫਿਰ ਸੇ ਹਾਜ਼ਰ ਹੋ ਗਿਆ ਹੂੰ ਮੈਂ ਅਭੀ ਨਿਕਲਾ ਹੂੰ ਬਾਹਰ ਕੋ ਆਪ ਲੋਗੋਂ ਕੋ ਪਤਾ ਕਿ ਮੇਰਾ ਗਲਾ ਖਰਾਬ ਹੈ ਤੋ ਮੈਂ ਅੱਜ ਬਾਹਰ ਕੰਮ ਹੀ ਨਿਕਲਾ ਹੂੰ ਤੋ ਮਤਲਬ ਕਿ ਵਲਾਗ ਬਣਾਉਣ ਕੇ ਲਈ ਕੰਮ ਹੀ ਨਿਕਲਾ ਹੂੰ ਤੋ ਇਸ ਵਜ੍ਹਾ ਸੇ ਕਰਕੇ ਨਾ ਕਿਆ ਕਹਤੇ ਹੈ ਅੱਜ ਇਹੀ ਵਲਾਗ ਬਣਾ ਸ਼ਾਇਦ ਆਪ ਲੋਗੋਂ ਨੇ ਥੋੜ੍ਹਾ ਬਹੁਤ ਇੰਜੋਏ ਕੀਆ ਹੋ ਲੇਕਿਨ
उम्मीद करता हूँ कि जो आने वाले व्लॉग है ना, मेरा गला भी ठीक होने वाला आस्ता आस्ता, तो फिर आवाज़ अच्छी आवाज़ के साथ अच्छे अच्छे व्लॉग आएंगे जो काफ़ी मज़ेदार होने वाले हैं। तो आप लोगों ने घबराना नहीं है, अच्छे व्लॉग आने वाले हैं। तो देखते हैं फिर क्या सीन होता है। आप लोगों ने बस साथ देना है, सपोर्ट करनी है, ताकि मेरे जल्दी जल्दी 10,000 सब्सक्राइबर कंप्लीट हो जाएं और एक बड़ी अचीवमेंट, बड़ी खुशी। अभी बड़ी तो नहीं, बड़ी तो होगी जब लाख होगा या मिलियन होंगे, तो फिर बड़ी अचीवमेंट होगी। लेकिन हम छोटे लोगों के लिए ये भी काफ़ी एजाज की बात होगी कि मेरे 10,000 सब्सक्राइबर कंप्लीट हो जाएंगे जल्द में। तो हमारे इलाके में इधर कोई यूट्यूबर नहीं है बड़ा, इसकी कोई पहचान हो या कोई यूट्यूब का इतना शौक हो। तो इंशाअल्लाह, अल्लाह पाक ने चाहा तो एक दिन मैं बड़ा यूट्यूबर बनूंगा अपने इलाके का, बड़ा यूट्यूबर बनूंगा अपने इलाके का इंशाअल्लाह। मुझे अपने आप पर पूरा यकीन है कि मेरी मेहनत का फल मुझे ज़रूर ज़रूर मिलेगा। तो फिर देखते जाते हैं कब मैं मशहूर होता हूँ, मतलब कब मैं कामयाब होता हूँ। अभी क्या कहते हैं, पिछला टाइम हो गया, सूरज आप लोग देख सकते हैं शाम होने वाली है, तो आस्ता आस्ता जो धुंध है वो भी आना शुरू हो गई है। आप लोगों को नज़र आ रही होगी हमारे गांव की तरफ, वो देख सकते हैं, तो इस साइड पे भी आप लोगों को नज़र आ रही होगी धुंध काफ़ी ज़्यादा। ज़्यादा तो नहीं, अभी वैसे सर्दियाँ नहीं ना शुरू हुई, तो उस वजह से करके धुंध कम ही है। तो जब फुल सर्दी होगी फिर धुंध आएगी। तो एक जो टप्पा होता है ना, टप्पा या माया, वो उसके साथ आज हम लेंगे इजाज़त। डब्बे में डब्बा, डब्बे में एरा, हमें दे इजाज़त, हम देखने जा रहे हैं मेरा। तो ये था मेरा आज का छोटा मज़ेदार सा व्लॉग। अगर आप लोगों को मज़ा आया तो मेरे चैनल को लाजमी सब्सक्राइब करें। अभी वैसे इतना मज़ा नहीं आया होगा मुझे पता है आप लोगों को, क्योंकि कोई ख़ास वीडियो नहीं बनाई, बस थोड़ा सा शुगर मेला लगाया था अपने कज़न के साथ और दोस्तों के साथ। तो यही वीडियो थी आज की। उम्मीद करता हूँ कि आने वाले व्लॉग काफ़ी मज़ेदार बनने वाले हैं, क्योंकि मेरा गला भी ख़राब हुआ, तो इस वजह से मेरी आवाज़ भी पार्टी पार्टी आप लोगों को सुनाई दे रही होगी। तो फिर हमें दे इजाज़त, आने वाले व्लॉगों में अच्छी आवाज़ के साथ हम फिर से होंगे हाजिर। तो फिर टाई टाई, बाय बाय, हम जाते हैं अब आगे को, और आप करें आराम। मुझे पता भी आपकी तरफ दोपहर के 2 बज रहे होंगे या रात के कोई 7-8 होंगे, दिन के भी हो सकते हैं, क्योंकि मैं दिन को व्लॉग अपलोड करता हूँ। तो फिर मिलते हैं आप लोगों को न्यू मज़ेदार से अच्छी आवाज़ के साथ व्लॉग में।